ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਕਿ ਕੈਨੇਡਾ ਦੇ ਵਿੱਚ ਆਉਣ ਦੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ, ਟਰੈਵਲ ਰਿਸਟ੍ਰਿਕਸ਼ਨ ਸੀਗੀਆਂ, ਜਦੋਂ ਆਉਂਦੇ ਆ ਉਹਨਾਂ ਨੂੰ ਕੁਆਰੰਟੀਨ ਕਰਨਾ ਪੈਂਦਾ, ਅਤੇ ਇੱਕ ਜਿਹੜੀ ਗੱਲਬਾਤ ਸਾਹਮਣੇ ਆਈ ਸੀ ਕਿ ਹੋਟਲ ਦੇ ਵਿੱਚ ਕੁਆਰੰਟੀਨ ਕਰਨਾ ਪੈਂਦਾ। ਹੋਟਲ ਵਾਲੇ ਮਾਮਲੇ ਦਾ ਕਈ ਪਾਸਿਆਂ ਤੋਂ ਉਹਦਾ ਕ੍ਰਿਟਿਸਿਜ਼ਮ ਹੋਇਆ ਸੀ, ਆਲੋਚਨਾ ਹੋਈ ਸੀ ਕਿ ਇਹ ਗੱਲ ਠੀਕ ਨਹੀਂ ਆ, ਇਹ ਨਹੀਂ ਕਰਨਾ ਚਾਹੀਦਾ। ਜਿਹੜੇ ਲੈਂਡ ਬਾਰਡਰ ਰਾਹੀਂ ਆਉਂਦੇ ਆ, ਅਮਰੀਕਾ ਵੱਲੋਂ ਬਾਰਡਰ ਲੈਂਡ ਬਾਰਡਰ ਰਾਹੀਂ ਇੱਧਰ ਐਂਟਰ ਕਰਦੇ ਆ ਕੈਨੇਡਾ ਦੇ ਵਿੱਚ, ਉਹਨਾਂ ਨੂੰ ਹੋਟਲ ਦੇ ਵਿੱਚ 3 ਦਿਨ ਨਹੀਂ ਰਹਿਣਾ ਪੈਂਦਾ, ਜਿਹੜੇ ਬਾਈਏ ਆਉਂਦੇ ਉਹਨਾਂ ਨੂੰ ਰਹਿਣਾ ਪੈਂਦਾ। ਹੁਣ ਤਾਂ ਖੈਰ ਬਹੁਤੇ ਥਾਵਾਂ ਦੇ ਤੋਂ ਫਲਾਈਟਸ ਨਹੀਂ ਆ ਰਹੀਆਂ, ਪਰ ਫਿਰ ਵੀ ਇਹ ਇੱਕ ਵਾਰੀ ਫਿਰ ਆਲੋਚਨਾ ਦਾ ਕੇਂਦਰ ਬਣ ਰਿਹਾ ਸਰਕਾਰ ਦੀ ਇਹ ਨੀਤੀ, ਜਿਹਦੇ ਵਿੱਚ ਹੋਟਲ 'ਚ ਰਹਿਣਾ ਜ਼ਰੂਰੀ ਕੀਤਾ ਆ। ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਮੰਨਿਆ ਨਹੀਂ ਕਿ ਅਸੀਂ ਹੋਟਲ 'ਚ ਨਹੀਂ ਰਹਿਣਾ, ਤੁਸੀਂ ਜਿੰਨਾ ਫਾਈਨ ਆ ਉਹ ਦੇ ਦਿਓ, ਕਿਉਂਕਿ $3,000 ਫਾਈਨ ਲੱਗਦਾ ਜੇ ਤੁਸੀਂ ਹੋਟਲ ਦੇ ਵਿੱਚ ਨਹੀਂ ਰਹਿੰਦੇ, ਅਤੇ ਇੰਨੇ ਕੀ ਪਹਿਲਾਂ ਲੱਗ ਜਾਂਦੇ ਜੇ ਤੁਸੀਂ ਹੋਟਲ ਦੇ ਵਿੱਚ ਰਹਿਣਾ ਆ। ਮਤਲਬ ਖਰਚਾ ਜਿਹੜਾ 3 ਦਿਨ ਦਾ ਆ, ਦੱਸਦੇ ਆ ਕਿ ਇਹ $2,000 ਸੀ, ਫਿਰ ਕਹਿੰਦੇ ਥੋੜ੍ਹਾ ਲੱਗਦਾ ਆ, ਪਹਿਲਾਂ 3 ਦਿਨ ਰਹਿਣਾ ਪੈਂਦਾ ਸੀ, ਫਿਰ 1 ਦਿਨ ਦੇ ਟੈਸਟ ਤੋਂ ਬਾਅਦ ਹੀ ਉਹਨੂੰ ਘਰ ਭੇਜ ਦਿੱਤਾ ਜਾਂਦਾ ਸੀ। ਇਹ ਮਾਮਲਾ ਕਾਫੀ ਆਲੋਚਨਾ ਦਾ ਸ਼ਿਕਾਰ ਹੋਇਆ। ਹੁਣ ਜਿਹੜੀ ਖਬਰ ਆ ਰਹੀ ਆ, ਨਵੀਂ ਖਬਰ ਅੱਜ ਜਦੋਂ ਅਸੀਂ ਤੁਹਾਡੇ ਨਾਲ ਇਸ ਵੇਲੇ ਗੱਲਬਾਤ ਕਰ ਰਹੇ ਹਾਂ, ਤਾਂ ਫੈਡਰਲ ਸਰਕਾਰ ਨੇ ਜਿਹੜਾ ਜੁਰਮਾਨਾ ਸੀ, ਜਿਹੜਾ ਵਿਅਕਤੀ ਹੋਟਲ ਕੁਆਰੰਟੀਨ ਲਈ ਨਾ ਕਰਦਾ ਸੀ, ਰਿਫਿਊਜ਼ ਕਰਦਾ ਸੀ, ਉਹ ਜੁਰਮਾਨੇ ਨੂੰ ਵਧਾ ਦਿੱਤਾ। ਪਹਿਲਾਂ ਇਹ ਫਾਈਨ $3,000 ਹੁੰਦਾ ਸੀ, ਜਿਹੜਾ ਬੰਦਾ ਇਸ ਗੱਲ ਨੂੰ ਨਹੀਂ ਮੰਨਦਾ ਸੀ, ਅਤੇ ਹੁਣ ਉਹ ਫਾਈਨ $5,000 ਹੋਊਗਾ। ਥਰਸਡੇ ਵੀਰਵਾਰ ਤੋਂ, ਜਾਣੀ ਅੱਜ ਤੋਂ ਇਹ ਜੁਰਮਾਨਾ ਸ਼ੁਰੂ ਹੋ ਚੁੱਕਿਆ। ਜਿਹੜਾ ਬੰਦਾ ਵੀ ਕੈਨੇਡਾ ਦੇ ਵਿੱਚ ਲੈਂਡ ਕਰਦਾ ਆ, ਉਹਨੂੰ ਹੋਟਲ ਦੇ ਵਿੱਚ 3 ਦਿਨ ਰਹਿਣਾ ਜ਼ਰੂਰੀ ਆ, ਅਤੇ ਜੇ ਨਹੀਂ ਰਹਿੰਦੇ ਤਾਂ $5,000 ਉਹਨੂੰ ਜੁਰਮਾਨਾ ਦੇਣਾ ਪਊਗਾ, ਜਿਹੜਾ ਕਿ ਪਹਿਲਾਂ $3,000 ਸੀ। ਪਰ ਕਮਾਲ ਦੀ ਗੱਲ ਇਹ ਆ ਕਿ ਅੱਜ ਜਦੋਂ ਸਰਕਾਰ ਇਹ ਜੁਰਮਾਨੇ ਦੀ ਰਾਸ਼ੀ ਨੂੰ ਵਧਾ ਰਹੀ ਆ, ਤਾਂ ਇਹਦੇ ਤੋਂ 1 ਹਫ਼ਤਾ ਪਹਿਲਾਂ ਫੈਡਰਲ ਐਡਵਾਈਜ਼ਰੀ ਪੈਨਲ ਨੇ ਇੱਕ ਗੱਲਬਾਤ ਦੱਸੀ ਸੀ, ਔਰ ਉਹਨਾਂ ਨੇ ਬਹੁਤ ਸਾਰੀਆਂ ਪ੍ਰੋਬਲਮਸ ਚੱਕੀਆਂ ਸੀ ਅਤੇ ਰਿਕਮੈਂਡ ਕੀਤਾ ਸੀ, ਸਲਾਹ ਦਿੱਤੀ ਸੀ ਸਰਕਾਰ ਨੂੰ ਕਿ ਇਹ ਹੋਟਲ ਵਾਲੀ ਸ਼ਰਤ ਨੂੰ ਬੰਦ ਕਰ ਦਿਓ, ਇਹਨੂੰ ਖਤਮ ਕਰ ਦਿਓ, ਇਹਦਾ ਫਾਇਦਾ ਕੋਈ ਨਹੀਂ, ਇਹਦੇ ਵਿੱਚ ਖਾਮੀਆਂ ਬਹੁਤ ਜ਼ਿਆਦਾ ਆ। ਪੈਨਲ ਇਹ ਗੱਲ ਕਹੀ ਸੀ ਕਿ ਜਿਹੜੇ ਟਰੈਵਲਰ ਇਸ ਹੋਟਲ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਰਹਿਣ ਲਈ ਮਜਬੂਰ ਤਾਂ ਕੀਤਾ ਜਾਵੇ ਜੇ ਉਹਨਾਂ ਕੋਲ 15 ਦਿਨ 2 ਹਫ਼ਤੇ ਰਹਿਣ ਦੀ ਕੁਆਰੰਟੀਨ ਕਰਨ ਦੀ ਆਪਣੀ ਪਲੈਨ ਨਹੀਂ ਆ। ਕਿਉਂਕਿ ਬੰਦਾ ਪਹਿਲੀ ਵਾਰ ਕੈਨੇਡਾ ਦੇ ਵਿੱਚ ਆ ਰਿਹਾ, ਉਹਦੇ ਕੋਲ ਕੋਈ, ਉਹਦਾ ਇੱਥੇ ਹੈ ਨਹੀਂ ਗਾ, ਉਹਦੇ ਕੋਲ ਕੋਈ ਕਮਰਾ ਕਿਰਾਏ 'ਤੇ ਬੇਸਮੈਂਟ ਕੋਈ ਅਪਾਰਟਮੈਂਟ ਕੋਈ ਨਹੀਂ ਹੈ ਜਿੱਥੇ ਉਹ ਜਾ ਕੇ ਇਕੱਲਾ ਰਹਿ ਸਕਦਾ, ਉਹਦੇ ਲਈ ਇਹ ਸ਼ਰਤ ਜ਼ਰੂਰੀ ਕਰ ਦਿਓ। ਜੇ ਕਿਸੇ ਬੰਦੇ ਕੋਲ ਪਲੈਨ ਹੈਗਾ ਆ, ਉਸ ਬੰਦੇ ਕੋਲ ਕੋਈ ਆਪਣਾ ਘਰ ਦਾ ਕੋਈ ਰਿਸ਼ਤੇਦਾਰ ਕੋਈ ਨੋਨ ਹੈਗਾ ਜਿੱਥੇ ਜਾ ਕੇ ਉਹ 2 ਹਫ਼ਤੇ ਵੱਖਰੇ ਕਮਰੇ ਦੇ ਵਿੱਚ ਰਹਿ ਸਕਦਾ, ਜਿੱਥੇ ਉਹ ਬਾਕੀਆਂ ਦੇ ਨਾਲ ਨਾ ਆਵੇ, ਤਾਂ ਉਹਨੂੰ ਫਿਰ ਹੋਟਲ ਦੇ ਵਿੱਚ ਰਹਿਣ ਦੀ ਜ਼ਰੂਰਤ ਨਾ ਹੋਵੇ। ਇਹ ਰਿਕਮੈਂਡੇਸ਼ਨ ਉਹਨਾਂ ਨੇ ਦਿੱਤੀ ਸੀਗੀ। 1 ਹਫ਼ਤਾ ਅਜੇ ਹੋਇਆ ਇਸ ਗੱਲ ਨੂੰ, ਜਿਹੜੀ ਫੈਡਰਲ ਐਡਵਾਈਜ਼ਰੀ ਪੈਨਲ ਆ ਉਹਨੇ ਫੈਡਰਲ ਸਰਕਾਰ ਨੂੰ, ਜਾਣੀ ਕਿ ਕੈਨੇਡਾ ਦੀ ਕੇਂਦਰ ਸਰਕਾਰ ਨੂੰ ਇਹ ਸਲਾਹ ਦਿੱਤੀ ਸੀ। ਹੁਣ ਲੋਕ ਆਸ ਕਰ ਰਹੇ ਸੀ ਕਿ ਕਦੋਂ ਖਬਰ ਆਉਂਦੀ ਆ ਕਿ ਜੇ ਹੋਟਲ 'ਚ ਰਹਿਣ ਵਾਲੀ ਸ਼ਰਤ ਖਤਮ ਹੋ ਗਈ ਆ, ਪਰ ਖਬਰ ਹੋਟਲ 'ਚ ਰਹਿਣ ਵਾਲੀ ਸ਼ਰਤ ਕਦੋਂ ਖਤਮ ਹੁੰਦੀ ਇਹ ਤਾਂ ਪਤਾ ਨਹੀਂ, ਔਰ ਇਹ ਖਤਮ ਹੁੰਦੀ ਵੀ ਨਹੀਂ ਲੱਗਦੀ, ਕਿਉਂਕਿ ਅੱਜ ਹੀ ਸਰਕਾਰ ਨੇ ਜੁਰਮਾਨੇ ਦੇ ਵਿੱਚ ਵਾਧਾ ਕਰ ਦਿੱਤਾ ਕਿ ਜੇ ਤੁਸੀਂ ਨਹੀਂ ਉਹਦੇ ਵਿੱਚ ਰਹਿੰਦੇ ਤਾਂ $3,000 ਦੀ ਥਾਂ ਦੇ ਉੱਤੇ ਤੁਹਾਨੂੰ $5,000 ਜੁਰਮਾਨਾ ਕੀਤਾ ਜਾਊਗਾ। ਫਰਵਰੀ ਦੇ ਵਿੱਚ ਇਹ ਚੀਜ਼ ਇੰਟਰੋਡਿਊਸ ਕੀਤੀ ਗਈ ਸੀ, ਤੁਹਾਨੂੰ ਯਾਦ ਹੋਊਗਾ ਕਿ ਹੋਟਲ ਦੇ ਵਿੱਚ ਰਹਿਣ ਦੀ ਸ਼ਰਤ, ਔਰ ਉਸ ਵੇਲੇ ਤੋਂ ਇਹਦੀ ਆਲੋਚਨਾ ਹੋ ਰਹੀ ਆ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਲਈ। ਅਸਲ ਦੇ ਵਿੱਚ ਸਰਕਾਰ ਦਾ ਮਕਸਦ ਕੀ ਸੀ ਕਿ ਲੋਕ ਘੱਟ ਆਉਣ, ਲੋਕ ਟਰੈਵਲ ਘੱਟ ਕਰਨ, ਘੱਟ ਤੋਂ ਘੱਟ ਲੋਕ ਇਸ ਵੇਲੇ ਆਉਣ, ਕਿਉਂਕਿ ਆਲੇ ਦੁਆਲੇ ਸਾਰੇ ਜਿਹੜਾ ਵਾਇਰਸ ਫੈਲਿਆ ਆ ਉਹ ਕੈਨੇਡਾ ਦੇ ਵਿੱਚ ਘੱਟ ਆਵੇ, ਅਤੇ ਇਹਦੇ ਨਾਲ ਹੀ ਲੂਪਹੋਲ ਵੀ ਇਹਦੇ ਸਾਹਮਣੇ ਆਉਣ ਲੱਗ ਪਿਆ ਸੀ। ਜਿਹਨੇ ਕਿਸੇ ਨੇ ਆਉਣਾ ਸੀ ਉਹ ਅਮੈਰੀਕਾ ਦੇ ਵਿੱਚ ਲੈਂਡ ਕਰ ਜਾਂਦਾ ਸੀ, ਅਮੈਰੀਕਾ ਤੋਂ ਟੈਕਸੀ ਲੈ ਕੇ $200-250 ਦੀ ਟੈਕਸੀ ਵਾਲਾ ਲੈਂਦਾ ਸੀ, ਅਤੇ ਉਹ ਤੁਹਾਨੂੰ ਕੈਨੇਡਾ ਛੱਡ ਦਿੰਦਾ ਸੀ। ਕੈਨੇਡਾ ਦੇ ਵਿੱਚ ਵੀ ਕੁਆਰੰਟੀਨ ਤੁਹਾਨੂੰ ਫਿਰ ਵੀ ਕਰਨਾ ਪੈਂਦਾ ਸੀ 15 ਦਿਨ, ਪਰ ਉਹ ਹੋਟਲ ਵਾਲੀ ਸ਼ਰਤ ਉਹਦੇ 'ਤੇ ਲਾਗੂ ਨਹੀਂ ਹੁੰਦੀ ਸੀ। ਸੋ ਇਸ ਐਡਵਾਈਜ਼ਰੀ ਪੈਨਲ ਨੇ ਜਿਹੜਾ ਇਹ ਕਿਹਾ ਸੀ ਉਹਦੇ ਉਲਟ ਹੁਣ ਇਹ ਗੱਲਬਾਤ ਸਾਹਮਣੇ ਆਈ ਹੈ ਕਿ ਜੁਰਮਾਨੇ ਦੇ ਵਿੱਚ ਵਾਧਾ ਕੀਤਾ ਗਿਆ। ਇਹਦੀ ਗੱਲ ਆਲੋਚਨਾ ਇਸ ਕਰਕੇ ਵੀ ਹੋਈ ਸੀ ਕਿ 4 ਥਾਵਾਂ ਦੇ ਉੱਤੇ ਜਿਹੜਾ ਇਹ ਇੰਟਰਨੈਸ਼ਨਲ ਫਲਾਈਟਸ ਆ ਸਕਦੀਆਂ ਸੀ ਕੈਨੇਡਾ ਦੇ ਵਿੱਚ, ਮੌਂਟਰੀਅਲ, ਕੈਲਗਰੀ, ਟੋਰੰਟੋ ਅਤੇ ਵੈਨਕੂਵਰ। ਟੋਰੰਟੋ ਅਤੇ ਵੈਨਕੂਵਰ ਦੇ ਵਿੱਚ ਤਾਂ ਪਤਾ ਸੀ ਕਿ ਕਿੰਨੇ ਬੰਦੇ ਨੂੰ ਟਿਕਟਾਂ ਦਿੱਤੀਆਂ, ਕਿੰਨੇ ਬੰਦੇ ਨੂੰ ਜੁਰਮਾਨੇ ਲੱਗੇ ਆ। ਕੈਲਗਰੀ ਦਾ ਅਜੇ ਤੱਕ ਡਾਟਾ ਹੀ ਕੋਈ ਨਹੀਂ ਸੀ, ਰੈਕਡ ਹੀ ਕੋਈ ਨਹੀਂ ਸੀ ਵੀ ਉੱਥੇ ਕਿਹਨੇ ਜੁਰਮਾਨਾ ਕੀਤਾ, ਅਤੇ ਕੀ ਜੁਰਮਾਨਾ ਪੁਲਿਸ ਨੇ ਕਰਨਾ, ਪਬਲਿਕ ਹੈਲਥ ਅਥਾਰਟੀ ਨੇ ਕਰਨਾ, ਕਿਹਨੇ ਜੁਰਮਾਨਾ ਕਰਨਾ, ਉੱਥੇ ਤੱਕ ਇਹ ਹੀ ਨਹੀਂ ਸੀ ਕਲੀਅਰ। ਹਾਲਾਂਕਿ ਉਹ ਕਹਿ ਰਹੇ ਸੀ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਇਹ ਟਿਕਟਾਂ ਆ ਜਾਣੀਆਂ ਜਲਦੀ, ਜਿਹਨਾਂ ਲੋਕਾਂ ਨੇ ਕੁਆਰੰਟੀਨ ਨਹੀਂ ਕੀਤਾ। ਇੱਕ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੋਰ ਸੀ ਕਿ ਜੇ ਤੁਸੀਂ ਜਹਾਜ਼ ਦੇ ਵਿੱਚੋਂ ਉਤਰੇ ਆ, ਏਅਰਪੋਰਟ ਦੇ ਵਿੱਚੋਂ ਤੁਸੀਂ ਚੈੱਕਆਊਟ ਕੀਤਾ ਅਤੇ ਤੁਸੀਂ ਬਾਹਰ ਉੱਥੋਂ ਆ ਜਾਂਦੇ ਹੋ, ਤਾਂ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਹੈ। ਕਿਸੇ ਨੇ ਤੁਹਾਨੂੰ ਇਹ ਨਹੀਂ ਪੁੱਛਣਾ ਵੀ ਤੁਸੀਂ ਕਿੱਥੋਂ ਆਏ ਅਤੇ ਕਿੱਥੇ ਜਾ ਕੇ ਤੁਸੀਂ ਰਹਿਣਾ, ਕਿਹੜਾ ਤੁਹਾਡਾ ਹੋਟਲ ਕਿਹੜੇ 'ਚ ਜਾ ਰਹੇ ਹਾਂ। ਇਹ ਤੁਹਾਡੇ 'ਤੇ ਨਿਰਭਰ ਕਰਦਾ ਕਿ ਤੁਸੀਂ ਕੁਆਰੰਟੀਨ ਕਰੋ। ਬਹੁਤ ਸਾਰੇ ਲੋਕ ਆਪਣੇ ਆਪ ਹੀ ਬਾਹਰ ਆਉਂਦੇ ਰਹੇ ਅਤੇ ਉਹਨਾਂ ਨੇ ਉੱਥੇ ਇਹ ਕੀਤਾ ਹੀ ਨਹੀਂ, ਅਤੇ ਬਹੁਤ ਸਾਰਿਆਂ ਨੂੰ ਬਾਅਦ ਦੇ ਵਿੱਚ ਜਿਹੜਾ ਫਾਈਨ ਸੀਗਾ ਉਹ ਆ ਗਿਆ, ਪਰ ਉਹਨਾਂ ਨੇ ਦੇ ਦਿੱਤਾ ਕਿ $3,000 ਕੋਈ ਨਹੀਂ,
ਅਸੀਂ ਦੇ ਦਾਂਗੇ ਪਰ ਅਸੀਂ ਹੋਟਲ ਦੇ ਵਿੱਚ ਨਹੀਂ ਰਹਿਣਾ ਕਿਉਂਕਿ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਖਾਣੇ ਦੀਆਂ ਸੀਗੀਆਂ, ਹੋਰ ਕਈ ਕੁਛ ਸੀਗਾ। ਇਹਦੀ ਆਲੋਚਨਾ ਇਸ ਕਰਕੇ ਵੀ ਆਈ ਸੀ ਵੀ 3 ਦਿਨਾਂ ਦੇ ਵਿੱਚ ਕਿਹੜਾ ਕੋਵਿਡ ਹਟ ਜਾਂਦਾ, 3 ਦਿਨ ਹੋਟਲ 'ਚ ਰਹਿਣ ਦਾ ਮਤਲਬ ਕੀ ਹੋਇਆ? ਤੁਸੀਂ ਟੈਸਟ ਕਰਦੇ ਆ, ਨੈਗੇਟਿਵ ਟੈਸਟ ਕਰਕੇ ਉੱਥੋਂ ਚੜ੍ਹੇ ਆ ਤੁਸੀਂ ਫਲਾਈਟ ਦੇ ਵਿੱਚ, ਉੱਥੇ ਆ ਕੇ ਫਿਰ ਤੁਹਾਡਾ ਟੈਸਟ ਹੋ ਗਿਆ ਹੈ, ਅਤੇ ਹੁਣ 3 ਦਿਨ ਉੱਥੇ ਰਹਿਣ ਦੇ ਨਾਲ ਇਹ ਕੋਈ ਜਿਹੜਾ ਕੋਵਿਡ ਦੀਆਂ ਇੰਸਟਰਕਸ਼ਨ ਸੀਗੀਆਂ ਜਾਂ ਇਹ 15 ਦਿਨ ਵਾਲੀ ਸ਼ਰਤ ਨੂੰ ਵੀ ਕਿਸੇ ਤਰ੍ਹਾਂ ਲਾਗੂ ਨਹੀਂ ਸੀ ਹੁੰਦਾ, ਜਾਂ ਤਾਂ 15 ਦਿਨ ਹੀ ਅਲੱਗ ਰਹਿਣਾ ਹੋਵੇ, ਫਿਰ ਉਹ ਤਾਂ ਕਹਿੰਦੇ ਸੀ ਜਿਹੜੇ ਇਹਦੇ ਆਲੋਚਕ ਸੀ ਕਿ ਫਿਰ ਗੱਲ ਬਣਦੀ ਆ, 3 ਦਿਨ ਦੇ ਵਿੱਚ ਕੀ ਹੋ ਜਾਂਦਾ? ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ। ਔਰ ਦੂਜੀ ਗੱਲ ਕਿ ਕਾਰਾਂ ਰਾਹੀਂ ਜਿਹੜੇ ਲੋਕ ਲੈਂਡ ਬਾਰਡਰ ਰਾਹੀਂ ਆਈ ਜਾਂਦੇ ਸੀ ਅਮੈਰੀਕਾ ਵਾਲੇ ਪਾਸਿਓਂ, ਉਹਨਾਂ ਦਾ ਕੀ ਕੀਤਾ ਜਾਂਦਾ? ਇਹਨਾਂ ਨੇ ਫਿਰ ਇਹ ਲੋਕਾਂ ਨੂੰ ਇਹ ਕੰਮ ਕਰਨ ਦੇ ਲਈ ਇਨਕਰੇਜ ਕੀਤਾ ਸੀ ਕਿ ਤੁਸੀਂ ਲੈਂਡ ਬਾਰਡਰ ਰਾਹੀਂ ਐਂਟਰ ਕਰਨਾ ਸ਼ੁਰੂ ਕਰ ਦਿਓ, ਅਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੁਣ ਇਹ 72 ਘੰਟੇ ਦੀ ਜਿਹੜੀ ਸਟੇ ਕਹੀ ਜਾਂਦੀ ਸੀ ਵੀ ਇਹਨੂੰ ਬੰਦ ਕਰ ਦਿਓ, ਇਹਨੂੰ ਇਸ ਸ਼ਰਤ ਨੂੰ ਹਟਾ ਦਿਓ, ਪਰ ਇਹਦੇ ਤੋਂ ਬਾਅਦ $3,000 ਲੋਕ ਜੁਰਮਾਨਾ ਦੇਈ ਜਾਂਦੇ ਸੀ, ਕਿਉਂਕਿ $2,000 ਜੇਕਰ ਖਰਚਾ ਲੱਗਦਾ ਸੀ ਇਹਦਾ ਹੋਟਲ ਦੇ ਵਿੱਚ ਰਹਿਣ ਦਾ, ਅਤੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਜੇ 2,000 ਉੱਥੇ ਜਾਣਾ, 1,000 ਵੱਧ ਦੇ ਕੇ ਤੁਸੀਂ ਆਪਣੇ ਘਰ ਆ ਕੇ ਰਹੋ, ਹੋਟਲ ਦੇ ਵਿੱਚ ਨਹੀਂ ਰਹਿਣਾ। ਇਹਦੀ ਬੁਕਿੰਗ ਦੇ ਬਾਰੇ ਵੀ ਬਹੁਤ ਸਾਰੇ ਰੌਲੇ ਗੋਲੇ ਪਏ ਸੀ। ਫਿਰ ਜਿਹੜੇ ਹੋਟਲਸ ਉਹ ਦਿੱਤੇ ਗਏ ਸੀ ਜਿਹੜੇ ਹੋਟਲਸ ਨੇ ਆਪਣੇ ਇੰਪਲੋਈਜ਼ ਨੂੰ ਲੇ ਆਫ ਕਰ ਦਿੱਤਾ ਸੀ, ਇੱਕ ਇਹ ਬਹੁਤ ਵੱਡੀ ਇਸ ਮਾਮਲੇ ਦੇ ਵਿੱਚ ਸਮੱਸਿਆ ਸਾਹਮਣੇ ਆਈ ਸੀ ਕਿ ਜਿਹੜੇ ਹੋਟਲ 'ਚ ਕੰਮ ਕਰਨ ਵਾਲੇ ਮੁਲਾਜ਼ਮ ਆ ਉਹਨਾਂ ਨੂੰ ਹੋਟਲ ਨੇ ਨੌਕਰੀ ਤੋਂ ਕੱਢ ਦਿੱਤਾ ਵੀ ਸਾਡੇ ਕੋਲ ਕੋਵਿਡ ਕਰਕੇ ਕੰਮ ਹੈ ਨਹੀਂ, ਨਾ ਟਰੈਵਲਰ ਆਉਂਦੇ ਆ, ਤੁਸੀਂ ਜਾਓ। ਉਹ ਯੂਨੀਅਨ ਵਾਲੇ ਸੀ, ਜ਼ਿਆਦਾ ਪੇ ਵਾਲੇ ਸੀ, ਉਹ ਕੱਢ ਕੇ ਸਰਕਾਰ ਨੇ ਉਹਨਾਂ ਹੋਟਲਾਂ ਨੂੰ ਮਦਦ ਦੇ ਦਿੱਤੀ ਕਿ ਇਹਨਾਂ ਹੋਟਲ ਨੂੰ ਅਸੀਂ ਮਦਦ ਦੇ ਰਹੇ ਹਾਂ, ਨਾਲੇ ਇਹਨਾਂ ਨੂੰ ਅਸੀਂ ਰੈਕੋਗਨਾਈਜ਼ ਕਰ ਰਹੇ ਹਾਂ ਕਿ ਇਹਨਾਂ ਹੋਟਲ ਦੇ ਵਿੱਚ ਲੋਕਾਂ ਨੇ ਆ ਕੇ ਰਹਿਣਾ, ਅਤੇ ਉਹਨਾਂ ਹੋਟਲ ਵਾਲਿਆਂ ਨੇ ਨਵੇਂ ਮੁਲਾਜ਼ਮ ਰੱਖ ਲਏ ਕਿ ਕਿਉਂਕਿ ਸਾਡੇ ਕੋਲ ਇਹ ਜਿਹੜੇ ਇਹ ਹੁਣ ਮੁਲਾਜ਼ਮ ਆਉਣ ਲੱਗ, ਜਿਹੜੇ ਟਰੈਵਲਰ ਆ ਮਾਫੀ ਚਾਹੁੰਦਾ ਉਹ ਆਉਣ ਲੱਗ ਪਿਆ, ਇਸ ਕਰਕੇ ਸਾਨੂੰ ਮੁਲਾਜ਼ਮਾਂ ਦੀ ਲੋੜ ਆ, ਅਤੇ ਉਹਨਾਂ ਨੇ ਨਵੇਂ ਮੁਲਾਜ਼ਮ ਭਰਤੀ ਕਰ ਲਏ। ਉਹਨਾਂ ਨੇ ਫਾਇਦਾ ਇਹਦੇ ਵਿੱਚ ਕੀ ਚੱਕਿਆ ਕਿ ਜਿਹੜੇ ਪੱਕੇ ਮੁਲਾਜ਼ਮ ਸੀ, ਜ਼ਿਆਦਾ ਤਨਖਾਹ ਨਾਲੇ ਯੂਨੀਅਨਾਈਜ਼ਡ ਸੀਗੇ, ਉਹਨਾਂ ਨੂੰ ਉਹਨਾਂ ਨੇ ਛੁੱਟੀ ਕਰ ਦਿੱਤੀ ਅਤੇ ਨਵੇਂ ਘੱਟ ਵੇਜਸ ਦੇ ਉੱਤੇ ਰੱਖ ਲਏ, ਅਤੇ ਜਿਹੜੇ ਪੁਰਾਣੇ ਸੀਗੇ ਉਹ ਫਿਰ ਪ੍ਰਦਰਸ਼ਨ ਕਰਦੇ ਸੀ ਕਿ ਸਰਕਾਰ ਇਹਨਾਂ ਦੀ ਮਦਦ ਕਿਉਂ ਕਰ ਰਹੀ ਹੈ ਜਿਹੜੀ ਸਾਡੇ ਬੱਚਿਆਂ ਦੇ ਹੱਥੋਂ ਰੋਟੀ ਖੋਹ ਰਹੇ ਆ। ਸੋ ਇਹ ਮਾਮਲਾ ਜਿੱਥੇ ਆਲੋਚਨਾ ਦਾ ਸ਼ਿਕਾਰ ਰਿਹਾ ਬਹੁਤ ਲੰਬਾ ਸਮਾਂ, ਅੱਜ ਇਹਦਾ ਇੱਕ ਹੋਰ ਪੱਖ ਸਾਹਮਣੇ ਆਇਆ ਕਿ ਹੁਣ 3,000 ਦੀ ਥਾਂ ਦੇ ਉੱਤੇ 5,000 ਜੁਰਮਾਨਾ ਹੋਇਆ ਕਰੂਗਾ। ਇਸ ਗੱਲਬਾਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ। ਕੁਛ ਲੋਕ ਇਹਨੂੰ ਚੰਗੀ ਗੱਲ ਦੱਸ ਰਿਹਾ ਕਿ ਜੁਰਮਾਨਾ ਲੱਗਣਾ ਚਾਹੀਦਾ, ਹੋਟਲ 'ਚ ਰਹਿਣਾ ਚਾਹੀਦਾ, ਕਿ ਘੱਟੋ ਘੱਟ ਇਸ ਡਰੋਂ ਹੀ ਲੋਕ ਘੱਟ ਟਰੈਵਲ ਕਰਨਗੇ ਕਿ ਜੇ ਅਸੀਂ ਉੱਥੇ ਗਏ ਤਾਂ 3 ਦਿਨ ਹੋਟਲ 'ਚ ਸਟੇਅ ਕਰਨਾ ਪੈਣਾ, $2,000 ਦੇਣਾ ਪੈਣਾ। ਸਰਕਾਰ ਦਾ ਮਕਸਦ ਇੱਕੋ ਇੱਕ ਆ ਕਿ ਲੋਕਾਂ ਦੇ ਟਰੈਵਲ ਨੂੰ ਰੋਕਣਾ। ਇਸ ਸਮੇਂ ਦੇ ਵਿੱਚ ਸਰਕਾਰ ਨਹੀਂ ਚਾਹੁੰਦੀ ਕੋਈ ਕੈਨੇਡਾ ਦੇ ਵਿੱਚ ਆਵੇ ਅਤੇ ਇੱਥੇ ਆ ਕੇ ਕੋਈ ਨਾ ਕੋਈ ਜਿਹੜੀ ਸਮੱਸਿਆ ਪੈਦਾ ਹੋਵੇ। ਇਸ ਕਰਕੇ ਕੁਛ ਲੋਕ ਇਸ ਗੱਲ ਨੂੰ ਚੰਗਾ ਕਹਿ ਰਹੇ ਆ, ਪਰ ਇਸ ਪ੍ਰਬੰਧ ਦੀ ਆਲੋਚਨਾ ਕਾਫੀ ਜ਼ਿਆਦਾ ਹੋਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।